ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ, ਪਰ ਇਸ ਦੀ ਜ਼ਮੀਨੀ ਹਕੀਕਤ ਦਾਅਵਿਆਂ ਤੋਂ ਕੋਹਾਂ ਦੂਰ ਹੈ। ਤਾਜ਼ਾ ਮਿਸਾਲ ਬਰਨਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਸਰਦੀ ਦਾ ਪੂਰਾ ਸੀਜ਼ਨ ਬੀਤ ਜਾਣ ਤੋਂ ਬਾਅਦ ਸਰਕਾਰ ਵੱਲੋਂ ਗਰੀਬ ਸਕੂਲੀ ਬੱਚਿਆਂ ਨੂੰ ਵਰਦੀਆਂ ਮੁਹੱਈਆ ਕਰਵਾਈਆਂ ਗਈਆਂ। ਹਾਲਾਂਕਿ ਬੱਚਿਆਂ ਦਾ ਪੜ੍ਹਾਈ ਦਾ ਅਗਲਾ ਸੈਸ਼ਨ ਸ਼ੁਰੂ ਹੋਣ 'ਤੇ ਵੀ ਕਿਤਾਬਾਂ ਉਹਨਾਂ ਨੂੰ ਨਹੀਂ ਮਿਲ ਸਕੀਆਂ ਨੇ। ਸਮੇਂ ਸਿਰ ਗਰਮ ਵਰਦੀਆਂ ਨਾ ਮਿਲ ਸਕਣ ਕਾਰਨ ਸਕੂਲੀ ਬੱਚਿਆਂ ਨੂੰ ਕੜਾਕੇ ਦੀ ਠੰਡ ਇਸ ਤੋਂ ਬਿਨਾਂ ਹੀ ਗੁਜ਼ਾਰਨੀ ਪਈ। ਉੱਥੇ ਹੀ ਹੁਣ ਕਿਤਾਬਾਂ ਸਮੇਂ ਸਿਰ ਨਾ ਮਿਲਣ ਦੇ ਕਾਰਨ ਵੀ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। 10ਵੀਂ ਸਿੱਖਿਆ ਦੇ ਵਿਦਿਆਰਥੀ ਹਾਂ ਜੀ, ਸਾਨੂੰ ਇਹ ਕਿਤਾਬਾਂ ਨਹੀਂ ਮਿਲੀਆਂ, ਨਾ ਹੀ ਵਰਦੀਆਂ ਮਿਲੀਆਂ ਨੇ। ਉਹੀ ਸਰਦੀਆਂ ਦੀਆਂ ਵਰਦੀਆਂ ਨਹੀਂ ਮਿਲੀਆਂ ਸਾਨੂੰ। ਨਵਾਂ ਸੈਕਸ਼ਨ ਸਟਾਰਟ ਹੋ ਗਿਆ, ਸਾਨੂੰ ਹਜੇ ਤੱਕ ਵਰਦੀਆਂ ਬੁੱਕਸ ਨਹੀਂ ਮਿਲੀਆਂ। ਮੈਂ 10ਵੀਂ ਕਲਾਸ ਵਿੱਚ ਪੜ੍ਹਦਾ ਹਾਂ, ਸਰਦੀਆਂ ਲੰਘ ਚੁੱਕੀਆਂ ਨੇ, ਸਾਨੂੰ ਹਜੇ ਤੱਕ ਵਰਦੀਆਂ ਵੀ ਨਹੀਂ ਮਿਲੀਆਂ ਅਤੇ ਇਸ ਸੀਜ਼ਨ ਦੀਆਂ ਸਾਨੂੰ ਕਿਤਾਬਾਂ ਵੀ ਨਹੀਂ ਹਜੇ ਤੱਕ ਮਿਲੀਆਂ ਜੀ। ਉੱਥੇ ਹੀ ਇਹਨਾਂ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਗਰੀਬ ਬੱਚਿਆਂ ਲਈ ਚਲਾਈਆਂ ਸਹੂਲਤਾਂ ਦਾ ਸਮੇਂ ਸਿਰ ਲਾਭ ਮਿਲਣਾ ਚਾਹੀਦਾ। ਵਰਦੀਆਂ ਨਾ ਸਹੀ, ਪਰ ਬੱਚਿਆਂ ਨੂੰ ਕਿਤਾਬਾਂ ਸਮੇਂ 'ਤੇ ਮਿਲਣੀਆਂ ਚਾਹੀਦੀਆਂ ਨੇ ਤਾਂ ਜੋ ਉਹਨਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਇਸ ਵਾਰ ਬਹੁਤ ਹੀ ਜ਼ਿਆਦਾ ਲੇਟ ਆ, ਜਿਹੜੀਆਂ ਸਿਆਲਾਂ ਦੀਆਂ ਵਰਦੀਆਂ ਸੀਗੀਆਂ ਉਹ ਇਸ ਟਾਈਮ ਗਰਮੀਆਂ ਦੇ ਵਿੱਚ ਆ ਰਹੀਆਂ, ਉਹ ਕਿਸੇ ਕੰਮ ਦੇ ਵਿੱਚ ਹੈ ਨਹੀਂ, ਕਿਉਂਕਿ ਜਿਹੜੇ ਗਰੀਬ ਫੈਮਿਲੀ ਨੂੰ ਬਿਲੋਂਗ ਕਰਦੇ ਆ ਬੱਚੇ, ਉਹਨਾਂ ਨੂੰ ਪੱਲਿਓਂ ਵਰਦੀਆਂ ਲੈਣੀਆਂ ਪੈ ਰਹੀਆਂ। ਜਿਹੜੀਆਂ ਗਰਮੀਆਂ ਦੇ ਵਿੱਚ ਆਉਣੀਆਂ ਚਾਹੀਦੀਆਂ ਸੀ ਸਿਆਲਾਂ ਦੀਆਂ ਵਰਦੀਆਂ, ਉਹ ਗਰਮੀਆਂ ਦੇ ਵਿੱਚ ਹੁਣ ਆ ਰਹੀਆਂ, ਅਜੇ ਤੱਕ ਪਹੁੰਚੀਆਂ ਨਹੀਂ ਸਾਡੇ ਕੋਲ ਸਿਆਲਾਂ ਵਾਲੀਆਂ ਵਰਦੀਆਂ ਵੀ ਨਹੀਂ ਆਈਆਂ ਹੈਗੀਆਂ। ਸਿਆਲਾਂ ਵਾਲੀਆਂ ਵਰਦੀਆਂ ਹੁਣ ਕਹਿੰਦੇ ਆਉਣ ਨੂੰ, ਹੁਣ ਫਾਇਦਾ ਕੀ ਉਹਨਾਂ ਦਾ ਹੁੰਦਾ, ਗਰਮੀ ਵਾਲੀ ਤਾਂ ਆਉਣੀ ਕਿੱਥੋਂ ਆ। ਹਰ ਇੱਕ ਕੋਈ ਗਰੀਬ ਹੈ ਕੋਈ ਅਮੀਰ ਹੈਗਾ, ਹਰ ਇੱਕ ਆਪਾਂ ਆਪਣੇ ਘਰੋਂ ਤੋਂ ਵਰਦੀਆਂ ਸਮਾਉਂਦਾ ਹੈਗਾ, ਸਮਾਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ।